ਪਰ ਤੇ ਕਦੇ ਕਦੇ ਆਇਆ ਕਰਦੇ ਨੇ ਤੇ ਵਿਰਲੇ ਵਿਰਲੇ ਆਉਂਦੇ ਨੇ। ਜੋ ਸੰਸਾਰ ਦੀਆਂ ਸੰਸਾਰ ਰੂਪੀ ਸਮੁੰਦਰ ਤੇ ਅੰਦਰ ਦੇ ਵਿੱਚ ਗੋਤੇ ਖਾਂਦੀਆਂ ਆਪਾਂ ਜੀਵ ਆਪਣੀਆਂ ਇਸ ਕਮਲਾਈਆਂ ਹੋਈਆਂ ਰੂਹਾਂ ਨੂੰ ਮਹਾਂਪੁਰਸ਼ ਸਿੱਧੇ ਰਾਹੀ ਪਾਉਂਦੇ ਨੇ। ਕੋਈ ਵਿਰਲੇ ਵਿਰਲੇ ਆਉਂਦੇ ਨੇ, ਪਰਮੇਸ਼ਰ ਖੁਦ ਆਪ ਥਾਪੜਾ ਦੇ ਕੇ ਆਪਦੇ ਭਗਤ ਜਨ ਸੰਤ ਜਨਾਂ ਨੂੰ ਭੇਜਦਾ ਤੇ ਫਿਰ ਜੋ ਕਰਮ ਆ ਕੇ ਸਾਧੂ ਸੰਤ ਮਹਾਂਪੁਰਸ਼ ਕਰਦੇ ਨੇ ਉਹ ਆਪਣੇ ਸਾਹਮਣੇ ਹੀ ਹਨ। ਆਪਣੇ ਬਚਪਨ ਦੀ ਅਵਸਥਾ ਤੋਂ ਲੈ ਕਰਕੇ ਜਿਤਨਾ ਚਿਰ ਸਰੀਰ ਹੁੰਦੇ ਤਾਂ ਮਹਾਂਪੁਰਸ਼ ਇਸ ਸਰੀਰ ਤੋਂ ਉੱਪਰ ਹੀ ਹਨ, ਜਨਮ ਮਰਨ ਦੇ ਵਿੱਚ ਨਹੀਂ ਆਉਂਦੇ। ਜਨਮ ਮਰਨ ਤੋਂ ਬਾਹਰ ਹੁੰਦੇ ਨੇ ਮਹਾਂਪੁਰਸ਼, ਉਹ ਆਪਾਂ ਜੀਵਾਂ ਜੋ ਜਨਮ ਮਰਨ ਦੇ ਗੇੜ ਚੱਕਰਾਂ ਵਿੱਚ ਪਏ ਹੋਏ ਹਾਂ। ਪਰ ਮਹਾਂਪੁਰਸ਼ਾਂ ਦੀ ਜੇ ਆਪਾਂ ਸ਼ਰਨ ਵਿੱਚ ਜਾਈਏ, ਮਹਾਰਾਜ ਜੀ ਆਪ ਜੀ ਨੇ ਧਰਮ ਰਾਏ ਅਬ ਕਹਾਂ ਕਰੈ ਗੋ ਜਿਉਂ ਫਾਟਿਓ ਸਗਲੋ। ਜੇ ਮਹਾਂਪੁਰਸ਼ਾਂ ਦੀ ਸ਼ਰਨ ਵਿੱਚ ਜਾਂਦੇ ਹਾਂ, ਮਹਾਂਪੁਰਸ਼ਾਂ ਦਾ ਹੁਕਮ ਮੰਨਦੇ ਹਾਂ, ਇੱਕ ਹੁਕਮ ਵੀ ਜੇਕਰ ਅਸੀਂ ਮੰਨ ਲਿਆ ਤਦੇ ਫਿਰ ਮਹਾਰਾਜਿਆਂ ਦੀ ਬਾਣੀ ਦਾ ਜੋ ਫੁਰਮਾਨ ਹੈ, ਪਹਿਲੇ ਜਥਾ ਸਾਰੇ ਭਾਈ ਸਾਰੀਆਂ ਬੀਬੀਆਂ ਗੱਜ ਵੱਜ ਕੇ ਬੋਲੋ ਜੀ। ਜੇ ਕੋਈ ਮਾਰੇ ਸੰਤਾਂ ਦਾ ਗੁਰ ਪ੍ਰਸਾਦੀ ਬਾਰ ਪਾਵੇਗਾ, ਸਾਧੂ ਸੰਤਾਂ ਮਹਾਂਪੁਰਸ਼ਾਂ ਦੇ ਪਾਸ। ਪਰ ਜਿਨ੍ਹਾਂ ਦੀ ਯਾਦ ਦੇ ਵਿੱਚ ਸੰਗਤੇ ਆਪਾਂ ਅੱਜ ਜੁੜੇ ਹਾਂ, ਅਜਿਹੇ ਮਹਾਂਪੁਰਸ਼ ਜਿਨ੍ਹਾਂ ਨੇ ਸੰਸਾਰ ਨੂੰ ਇੱਕ ਥੰਮ ਦਿੱਤਾ ਹੋਵੇ, ਜਦੋਂ ਇਹ ਚਲੇ ਜਾਂਦੇ ਨੇ ਸੰਸਾਰ ਤੋਂ ਸਰੀਰ ਕਰਕੇ, ਤਾਂ ਫਿਰ ਜੋ ਨੇੜੇ ਦੇ ਹੁੰਦੇ ਨੇ ਜਾਂ ਉਹਨਾਂ ਦੀ ਜੋ ਸੰਗਤ ਦਰਸ਼ਨ ਦੀਦਾਰੇ ਕਰਦੇ, ਜੋ ਫਿਰ ਇਸ ਵਿਛੋੜੇ ਦਾ ਦੁੱਖ ਉਹਨਾਂ ਤੇ ਪੈਂਦਾ, ਇਹ ਉਹੀ ਜਾਣ ਸਕਦੇ ਨੇ ਜਿਸ ਤਨ ਲੱਗੀਆਂ ਸੋਈ ਤਨ ਜਾਣਾ, ਕੋਈ ਹੋਰ ਨਹੀਂ ਜਾਣ ਸਕਦਾ। ਜਿਹਨੂੰ ਇਹ ਵਿਛੋੜੇ ਦੀ ਤਾਂਘ ਵਿਛੋੜੇ ਦਾ ਦੁੱਖ ਲੱਗਿਆ, ਇਹ ਬਾਕੀ ਸੰਗਤਾਂ ਨੂੰ ਤਾਰੋ। ਕਿਤਨੇ ਕਿਤਨੇ ਸੰਸਾਰ ਤੇ ਉੱਚ ਕੋਟੀ ਦੇ ਮਹਾਂਪੁਰਸ਼ ਆਏ, ਕਿਤਨੇ ਕਿਤਨੇ ਆਏ ਤੇ ਆ ਸਨ 2014-15 ਦੀ ਸ਼ੁਰੂਆਤ ਤੇ ਸਨ 2014 ਦੇ ਵਿੱਚ ਪਤਾ ਨਹੀਂ ਰੱਬ ਨੂੰ ਕੀ ਪਾਇਆ ਹੈ, ਪਤਾ ਨਹੀਂ ਰੱਬ ਨੂੰ ਕੀ ਅਜਿਹੀ ਲੋੜ ਪੈ ਗਈ। ਸੰਸਾਰ ਦੀਆਂ ਦਰਗਾਹੀ ਲਾਹੀ ਬਖਸ਼ੀਆਂ ਰੂਹਾਂ ਮਹਾਨ ਕੀਰਤਨ ਦੇ ਧਨੀ ਰਾਜੇ ਜੋਗੀ ਸੱਚਖੰਡ ਵਾਸੀ ਸ਼੍ਰੀਮਾਨ 111 ਸੰਤ ਬਾਬਾ ਬਲਵੰਤ ਸਿੰਘ ਜੀ ਸਿੱਧ ਸਰ ਸਿੰਘ
ਸਾਧ ਜਨਾ ਕੀ ਸੇਵਾ ਲਾਗੈ। ਧਰਮ ਅਰਥ ਕਾਮ ਮੋਕਸ਼ ਵੱਡੀ ਗੱਲ ਤਾਂ ਜਗਿਆਸੂ ਜਨਾਂ ਦੀ ਮੋਕਸ਼ ਦੀ ਹੈ। ਮੋਕਸ਼ ਆਖਦੇ ਨੇ ਮੁਕਤੀ ਨੂੰ, ਮੁਕਤੀ ਦੇ ਚਾਹਵਾਨ ਨੂੰ। ਐਸਾ ਕੋਈ ਸਾਧੂ ਹੁਣ ਨਹੀਂ ਦਿਖਦਾ ਜੋ ਮੁਕਤੀ ਦੇ ਦੇਵੇ, ਜੋ ਮੁਕਤੀ ਕਰਾ ਦੇਵੇ ਰੂਹ ਨੂੰ। ਮਹਾਂਪੁਰਸ਼ ਬਚਨ ਕਰਿਆ ਕਰਦੇ ਸੰਤ ਜੀ ਸਿਹੋੜਾ ਸਾਹਿਬ ਵਾਲੇ ਮਹਾਰਾਜ ਜੀ ਕਹਿੰਦੇ, ਭਾਈ ਜਦੋਂ ਅਸੀਂ ਆ ਕੇ ਬੈਠ ਜਾਂਦੇ ਹਾਂ ਨਾ ਆਪਣੇ ਆਸਣ ਤੇ, ਜਾਂ ਜਿਤਨੇ ਪ੍ਰੇਮੀ ਜਿਹੜੇ ਸਾਹਮਣੇ ਆਉਂਦੇ ਨੇ, ਸਾਹਮਣੇ ਬੈਠੇ ਹੁੰਦੇ ਆ ਜਾਂ ਦਰਸ਼ਨਾਂ ਲਈ ਖੜੇ ਹੁੰਦੇ ਆ, ਅਸੀਂ ਅੱਖ ਦੇ ਇੱਕ ਝਮਕ ਦੇ ਨਾਲ, ਇੱਕ ਪਲ ਦੇ ਨਾਲ ਬੁੱਝ ਲੈਂਦੇ ਹਾਂ ਕਿ ਕੌਣ ਕੀ ਲੈਣ ਆਇਆ, ਕਿਹੜਾ ਕੌਣ ਸੀ ਬਿਰਤੀ ਲੈ ਕੇ ਆਇਆ ਇੱਥੇ, ਸਾਰੀ ਵਸਤੂ ਜਾਣ ਲੈਂਦੇ ਹਾਂ। ਮਹਾਂਪੁਰਸ਼ ਤਦੇ ਫਿਰ ਦੂਰੋਂ ਹੀ ਆਵਾਜ਼ ਦੇ ਕੇ ਬੁਲਾ ਲਿਆ ਕਰਦੇ, ਮਨਾਂ ਦੀਆਂ ਜਾਣ ਲੈਂਦੇ। ਪਤਾ ਨਹੀਂ ਕਿਹੜੇ ਕਿਹੜੇ ਜਨਮਾਂ ਤੋਂ ਇਹ ਸੰਯੋਗ ਮਹਾਂਪੁਰਸ਼ਾਂ ਦੇ ਨਾਲ, ਮੇਲੇ ਮਹਾਂਪੁਰਸ਼ਾਂ ਦੇ ਨਾਲ ਬਣੀ ਹੋਈ ਆ ਰਹੀ ਹੈ। ਇੱਕ ਪ੍ਰੇਮੀ ਨੇ ਸੰਤ ਬਾਬਾ ਅਤਰ ਸਿੰਘ ਜੀਆਂ ਤੋਂ ਮਸਤਵਾਣਾ ਸਾਹਿਬ ਵਾਲੇ ਧੰਨ ਧੰਨ ਬੀਸਵੀਂ ਸਦੀ ਕੇ ਅਵਤਾਰ ਉਹਨਾਂ ਪਾਸੋਂ ਪ੍ਰੇਰਿਤ ਹੋ ਕੇ ਅੰਮ੍ਰਿਤ ਛਕਿਆ। ਅੰਮ੍ਰਿਤ ਛਕ ਕਰਕੇ ਉਹ ਇੱਕ ਟਕਸਾਲ ਰੂਪੀ ਰਹਿਣ ਲੱਗ ਗਿਆ ਸਿੰਘ ਬਣ ਕੇ। ਉਹ ਕਹਿੰਦਾ, ਸੰਤਾਂ ਕੋਲੇ ਜਾਣ ਦੀ ਕੀ ਲੋੜ ਹੈ, ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਮੰਨੋ, ਘਰ ਵਿੱਚ ਪ੍ਰਕਾਸ਼ ਕਰ ਲਈ।
ਤੇ ਉਸ ਪ੍ਰੇਮੀ ਦੀ ਜੋ ਭੈਣ ਸੀ ਬਾਬਾ ਜੀ ਨਥਨਮਪੁਰ ਵਾਲਿਆਂ ਕੋਲ ਆਇਆ ਕਰਦੀ, ਉਹਨਾਂ ਦੇ ਸੇਵਕ। ਉਸ ਭੈਣ ਨੇ ਆਪਦੇ ਭਰਾ ਦੇ ਪ੍ਰਤੀ ਬੇਨਤੀ ਕੀਤੀ ਕਿ ਮਹਾਰਾਜ ਜੀ ਖੁਸ਼ ਹੋ ਕੇ ਮਿਲੇ, ਤੇ ਉਹ ਸਾਰੀ ਦਿਹਾੜੀ ਮਹਾਂਪੁਰਸ਼ਾਂ ਦੇ ਕੋਲ ਬੈਠਾ ਰਿਹਾ ਜਿਤਨੀ ਦੇਰ ਤੱਕ ਸੰਗਤ ਆਈ ਗਈ। ਬਸ ਸੰਗਤ ਦਾ ਪ੍ਰੇਮ ਦੇਖ ਕੇ, ਮਹਾਂਪੁਰਸ਼ਾਂ ਦਾ ਮਿਲਣਾ ਦੇਖ ਕੇ, ਦਿਲਾਂ ਦੀਆਂ ਬੁੱਝ ਲੈਣੀਆਂ ਦੇਖ ਕੇ ਉਹ ਮਹਾਂਪੁਰਸ਼ਾਂ ਦਾ ਸ਼ਰਧਾਲੂ ਬਣ ਗਿਆ। ਅਜਿਹਾ ਸ਼ਰਧਾਲੂ ਬਣ ਗਿਆ ਕਿ ਉਹ ਕਹਿੰਦਾ ਮੇਰਾ ਸਾਰਾ ਕੁਛ ਹੈ ਬਾਬਾ ਜੀ ਨੇ, ਜਿੱਥੇ ਇਹ ਕਹਿਣਗੇ ਜੋ ਇਹ ਹੁਕਮ ਕਰਨਗੇ ਮੈਂ ਉਹ ਪ੍ਰਵਾਨ ਕਰਾਂਗਾ। ਤੇ ਉਹਨੇ ਖੰਡ ਪਾਠ ਸਾਹਿਬ ਦੀ ਤਰੀਕ ਲੈ ਲਈ ਮਹਾਂਪੁਰਸ਼ਾਂ ਤੋਂ। ਤਰੀਕ ਲਈ, ਮਹਾਂਪੁਰਸ਼ਾਂ ਨੇ ਪਾਠੀ ਸਿੰਘ ਭੇਜੇ, ਅਖੰਡ ਪਾਠ ਸਾਹਿਬ ਆਰੰਭ ਹੋਏ। ਤੇ ਉਹ ਮੱਧ ਵਾਲੇ ਦਿਨ ਮਹਾਂਪੁਰਸ਼ਾਂ ਦੇ ਕੋਲ ਆਇਆ, ਬੇਨਤੀ ਕੀਤੀ ਕਿ ਮਹਾਰਾਜ ਜੀ ਆਪ ਜੀ ਆਪਣੇ ਉੱਜਲ ਦਰਸ਼ਨ ਦੀਦਾਰੇ ਸੰਗਤਾਂ ਨੂੰ ਭੋਗ ਵਾਲੇ ਦਿਨ ਬਖਸ਼ਿਓ। ਮਹਾਂਪੁਰਸ਼ਾਂ ਨੇ ਨਾ ਹਾਂ ਕੀਤੀ ਤੇ ਨਾ ਕੀਤੀ, ਇੱਕ ਟਾਲਾ ਜਿਹਾ ਲਗਾ ਦਿੱਤਾ। ਕਹਿੰਦੇ ਕੋਈ ਨੀ, ਭਾਈ ਪਾਠੀ ਸਿੰਘ ਹੈਗੇ ਨੇ, ਆਪੇ ਉਹਨਾਂ ਨੇ ਸਾਰਾ ਕੁਝ ਸਹੀ ਕਰ ਦੇਣਾ। ਤੇ ਉਹ ਪ੍ਰੇਮੀ ਦਾ ਹੁਣ ਮਨ ਟੁੱਟ ਗਿਆ, ਘਰੇ ਆ ਗਿਆ, ਆਪਦੇ ਮਨੋ ਮਨ ਹੀ ਆਖਦਾ ਹੈ ਤੇ ਹੋਰ ਆਪਦੇ ਪਰਿਵਾਰ ਦੇ ਵਿੱਚ ਵੀ ਆਖਦਾ ਕਿ ਮੈਂ ਬਾਬਾ ਜੀ ਦੇ ਕੋਲ ਨਹੀਂ ਜਾਣਾ, ਮਹਾਂਪੁਰਸ਼ਾਂ ਕੋਲ ਨਹੀਂ ਜਾਣਾ, ਕਿਸੇ ਸੰਤ ਕੋਲੇ ਨਹੀਂ ਜਾਣਾ। ਮੇਰੀ ਇਤਨੀ ਭਾਵਨਾ, ਇਤਨੀ ਮੇਰੇ ਦਿਲ ਦੀ ਭਾਵਨਾ, ਮੇਰੇ ਮਨੋ ਭਾਵਨਾ, ਅੱਜ ਸਾਰੀ ਭਾਵਨਾ ਮੇਰੀ ਟੁੱਟ ਗਈ। ਮਹਾਂਪੁਰਸ਼ਾਂ ਨੇ ਜਵਾਬ ਦਿੱਤਾ ਘਰੋਂ ਆਉਣ ਤੋਂ, ਘਰ ਵਿੱਚ ਚਰਨ ਨਹੀਂ ਪਾਉਣੇ। ਸੋ ਪ੍ਰੇਮੀਓ, ਜਦੋਂ ਦੂਸਰੇ ਦਿਨ ਨੌਵੇਂ ਪਾਤਸ਼ਾਹ ਦੇ ਪਵਿੱਤਰ ਸਲੋਕ ਹਜੇ ਸ਼ੁਰੂ ਹੋਣ ਲੱਗੇ, ਪਾਠੀ ਸਿੰਘ ਦੇ ਮੂਹਰੇ ਹਜੇ ਸਪੀਕਰ ਲੱਗਿਆ ਤੇ ਮਹਾਂਪੁਰਸ਼ ਪਹਿਲਾਂ ਉਸ ਪ੍ਰੇਮੀ ਦੇ ਘਰੇ ਪਹੁੰਚ ਗਏ, ਗੱਡੀ ਦਾ ਹਾਰਨ ਵਜਾਤਾ, ਘਰ ਵਿੱਚ ਆ ਗਏ। ਤੇ ਜਦੋਂ ਆਏ ਉਹਨੇ ਨਮਸਕਾਰਾ ਕਰਕੇ ਬੇਨਤੀਆਂ ਕੀਤੀਆਂ, ਮਹਾਂਪੁਰਸ਼ਾਂ ਨੂੰ ਪੁੱਛਣਾ ਕੀ ਕੀਤਾ ਕਿ ਮਹਾਰਾਜ ਜੀ ਮੈਂ ਤਾਂ ਸੋਚਿਆ ਤੁਸੀਂ ਆਉਣਾ ਨਹੀਂ, ਤੁਹਾਨੂੰ ਘਰ ਦਾ ਕਿੱਦਾਂ ਪਤਾ ਲੱਗਿਆ, ਇਹ ਰਾਸਤਿਆਂ ਦਾ ਕਿੱਦਾਂ ਪਤਾ ਲੱਗਿਆ? ਉਹ ਕਹਿੰਦੇ ਭਾਈ ਜਿਹੜੇ ਧੁਰ ਦਰਗਾਹੋਂ ਆਉਂਦੇ ਆ ਉਹ ਸਾਰੀਆਂ ਵਸਤੂਆਂ ਜਾਣਦੇ ਆ, ਇਹੀ ਫਰਕ ਹੈ ਅਵਤਾਰਾਂ 'ਚ। ਇੱਕ ਹੁੰਦੀ ਹੈ ਗਿਆਨ ਵਾਲੀ ਬਿਰਤੀ, ਗਿਆਨ ਲੈ ਕੇ ਇਹ ਸੰਸਾਰ ਤੇ ਸਧਾਰਨ ਵਿਅਕਤੀ, ਉਹਦੇ ਵਿੱਚ ਅਵਤਾਰਾਂ ਵਾਲੇ ਕੁਝ ਗੁਣ ਹੋਣੇ, ਕਈ ਗ੍ਰੰਥ ਪੜ੍ਹ ਕਰਕੇ ਕਿਸੇ ਮਹਾਂਪੁਰਸ਼ਾਂ ਦੀ ਸੇਵਾ ਕਰ ਕਰਕੇ ਸੰਤ ਬਿਰਤੀ ਬਣ ਜਾਣੀ, ਉਹ ਵੀ ਸਤਿਕਾਰਯੋਗ ਹਨ। ਪਰ ਕੁਝ ਅਜਿਹੀਆਂ ਰੂਹਾਂ ਹੁੰਦੀਆਂ ਨੇ ਉਹਨਾਂ ਨੂੰ ਪਰਮੇਸ਼ਰ ਹੀ ਭੇਜਦਾ, ਉਹ ਰੂਹਾਂ ਹੁਣ ਘਟ ਗਈਆਂ, ਪਤਾ ਨਹੀਂ ਪਰਮੇਸ਼ਰ ਨੂੰ ਕੀ ਪਾਇਆ। ਸੋ ਸਾਧ ਸੰਗਤ, ਮਹਾਂਪੁਰਸ਼ ਸੰਤ ਬਾਬਾ ਮਹਿੰਦਰ ਸਿੰਘ ਜੀ ਲੰਮਿਆਂ ਸਾਹਿਬ ਵਾਲੀ, ਉਹਨਾਂ ਨੇ ਹਾਜ਼ਰੀ ਤਾਂ ਭਰਨੀ ਸੀ, ਆਉਣਾ ਸੀ, ਅਚਾਨਕ ਹੀ ਉਹਨਾਂ ਦੀ ਸਿਹਤ ਕੁਝ ਢਿੱਲੀ ਹੋ ਗਈ, ਜਿਸ ਕਰਕੇ ਉਹਨਾਂ ਨੇ ਜਥੇ ਨੂੰ ਹੁਕਮ ਕੀਤਾ ਕਿ ਆਪ ਜਾਓ ਤੇ ਸਾਡੇ ਵੱਲੋਂ ਸਤਿਕਾਰਯੋਗ ਸੰਗਤਾਂ ਨੂੰ ਫਤਿਹ ਵੀ ਬੁਲਾਓ, ਸਮਾਂ ਪਾ ਕੇ ਅਸੀਂ ਜ਼ਰੂਰ ਆਵਾਂਗੇ। ਸੋ ਆਓ ਸਾਧ ਸੰਗਤ, ਜਥੇ ਦੀ ਹਾਜ਼ਰੀ ਪ੍ਰਵਾਨ ਕਰਨੀ, ਪ੍ਰਬੰਧਕਾਂ ਵੱਲੋਂ ਜੋ ਹੁਕਮ ਕੀਤਾ ਗਿਆ ਸੀ ਕਿ ਮਹਾਂਪੁਰਸ਼ਾਂ ਦੇ ਆਉਣ ਤੱਕ ਦਾ ਸਮਾਂ ਲਗਾਉਣਾ ਹੈ, ਬਾਬਾ ਜੀ ਬਾਬਾ ਸਰਬਜੀਤ ਸਿੰਘ ਜੀ ਸੰਧੂਆਂ ਵਾਲੇ ਉਹ ਵੀ ਸਟੇਜ 'ਤੇ ਆ ਗਏ ਨੇ, ਪਹੁੰਚ ਗਏ ਨੇ, ਅਗਲਾ ਸਮਾਂ ਉਹਨਾਂ ਦਾ ਹੈ। ਜਿੱਥੇ ਤੱਕ ਵੀ ਹੋਰ ਆਵਾਜ਼ ਆਉਂਦੀ ਹੈ ਸੰਗਤ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਪੰਡਾਲਾਂ ਦੇ ਵਿੱਚ ਆਓ, ਭਾਈ ਤਨ ਮਨ ਧਨ ਨਾਲ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ, ਜਥੇ ਵੱਲੋਂ ਲਗਾਈ ਹਾਜ਼ਰੀ ਕਰੋ ਜੀ ਪ੍ਰਵਾਨ, ਸਾਰੇ ਗੱਜ ਵੱਜ ਕੇ ਬੁਲਾਓ, ਫਤਿਹ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।